ਉਸ ਤੋਂ ਅੱਜ ਅਸੀਂ 27 ਨਵੰਬਰ ਦੇ ਦਿਨ ਸਿੱਖ ਤਾਰੀਖ ਦੀਆਂ ਘਟਨਾਵਾਂ ਦਾ ਚਰਚਾ ਕਰਾਂਗੇ। ਸਭ ਤੋਂ ਪਹਿਲੀ ਘਟਨਾ ਜਿਹੜੀ ਹੈ 1764 ਦੀ ਹੈ, ਬਹੁਤ ਅਹਿਮ ਘਟਨਾ ਹੈ। ਅਸੀਂ ਜਾਣਦੇ ਹਾਂ ਵੀ 1764 'ਚ ਸਿੱਖਾਂ ਨੇ ਸਰਹੰਦ ਦਾ ਜਿਹੜਾ ਫੌਜਦਾਰ, ਜਿਹਨੂੰ ਆਮ ਤੌਰ 'ਤੇ ਸੂਬੇਦਾਰ ਕਹਿ ਦਿੱਤਾ ਜਾਂਦਾ ਹੈ, ਔਰ ਖਾਸ ਬੰਦਾ ਸੀਗਾ ਅਹਿਮਦ ਸ਼ਾਹ ਦੁਰਾਨੀ ਦਾ ਜ਼ੈਨ ਖਾਨ, ਉਹਨੂੰ ਮਾਰ ਦਿੱਤਾ ਸੀਗਾ। ਰੋਹਤਾਸ ਦਾ ਕਿਲ੍ਹਾ ਜਿਹੜਾ ਬਹੁਤ ਅਹਿਮ ਕਿਲ੍ਹਾ ਹੈ, ਬਹੁਤ ਇੰਪੋਰਟੈਂਟ ਕਿਲ੍ਹਾ ਹੈ, ਉਸ ਦੇ ਉੱਤੇ ਇਹਨਾਂ ਨੇ ਕਬਜ਼ਾ ਕਰ ਲਿਆ ਸੀਗਾ। ਔਰ ਨਾਲ ਹੀ ਅਹਿਮਦ ਸ਼ਾਹ ਦੁਰਾਨੀ ਦੇ ਚਾਚੇ ਸਰਬਲੰਦ ਖਾਨ ਨੂੰ ਗ੍ਰਿਫਤਾਰ ਕਰ ਲਿਆ ਸੀਗਾ, ਔਰ ਗ੍ਰਿਫਤਾਰ ਕਰਕੇ ਮੁੜ ਕੇ ਉਹਦੇ ਤਰਸ ਖਾ ਕੇ ਉਸਨੂੰ ਰਿਹਾਅ ਕਰ ਦਿੱਤਾ ਸੀ। ਜਲੰਧਰ ਤੋਂ ਸਾਦਾਤ ਖਾਨ ਕੋਲੋਂ, ਜਲੰਧਰ ਸਾਦਾਤ ਖਾਨ ਕੋਲ ਖੋ ਰਿਹਾ ਸੀਗਾ। ਲਾਹੌਰ ਵਿੱਚ ਕਾਬੜੀ ਮਾਲ ਜਿਹੜਾ ਸੂਬੇਦਾਰ ਸੀ ਉਹਨੂੰ ਹਰਾ ਦਿੱਤਾ ਸੀਗਾ। ਸਿਆਲਕੋਟ 'ਚ ਜਹਾਨ ਖਾਨ ਜਿਹੜਾ ਉਹਦਾ ਸਭ ਤੋਂ ਵੱਡਾ ਜਰਨੈਲ ਸੀ ਉਹਨੂੰ ਹਰਾ ਕੇ ਦੌੜਾਇਆ ਸੀਗਾ। ਤੋ ਇਸ ਤਰ੍ਹਾਂ ਇਸ ਗੱਲ ਸਾਰੀ ਗੱਲ ਤੋਂ, ਯਾਨੀ ਕਿ ਪੰਜਾਬ 'ਚੋਂ ਅਫਗਾਨਿਸਤਾਨ ਦੇ ਜਿਹੜੇ ਹਾਕਮ ਬਿਠਾਏ ਹੋਏ ਸਨ ਜਾਂ ਅਫਗਾਨ ਹਕੂਮਤ ਸੀ, ਉਹਨਾਂ ਨੂੰ ਬਿਲਕੁਲ ਖਤਮ ਕਰਤਾ ਸੀਗਾ। ਅਤੇ ਅਹਿਮਦ ਸ਼ਾਹ ਦੁਰਾਨੀ ਇਸ ਗੱਲ ਤੋਂ ਬੜਾ ਦੁਖੀ ਸੀ ਅਤੇ ਉਹ ਸਿੱਖਾਂ ਨੂੰ ਜਿਹੜਾ ਉਹ ਸਬਕ ਸਿਖਾਉਣਾ ਚਾਹੁੰਦਾ ਸੀ, ਸਿੱਖਾਂ 'ਤੇ ਵੱਡਾ ਹਮਲਾ ਕਰਨਾ ਚਾਹੁੰਦਾ ਸੀ। ਪਰ ਅੰਦਰੋਂ ਅੰਦਰ ਹੀ ਉਹ ਡਰਦਾ ਹੀ ਸੀਗਾ ਕਿ ਸਿੱਖ ਹੁਣ ਬਹੁਤ ਤਾਕਤਵਰ ਹੋ ਗਏ ਨੇ, ਅਤੇ ਉਹਦੇ ਕੋਲ ਆਪਣੇ ਕੋਲ ਫੌਜ ਜਿਹੜੀ ਸੀ ਉਹ ਤਕਰੀਬਨ 15-20 ਹਜ਼ਾਰ ਰਹਿ ਚੁੱਕੀ ਸੀ। ਬਹੁਤ ਸਾਰੇ ਮਾਰੇ ਵੀ ਗਏ ਸਨ, ਕੁਝ ਛੱਡ ਵੀ ਗਏ ਸਨ, ਕਿਉਂਕਿ ਪੈਸਾ ਨਹੀਂ ਸੀ, ਤਨਖਾਹ ਨਹੀਂ ਦਿੰਦਾ ਸੀਗਾ। ਤੋ ਅਖੀਰ ਉਸਨੇ ਇੱਕ ਬਹਾਨਾ ਲਾਇਆ, ਜਿਸ ਤਰ੍ਹਾਂ ਆਮ ਤੌਰ 'ਤੇ ਇਸਲਾਮ ਦੇ ਨਾਂ 'ਤੇ, ਜਹਾਦ ਦੇ ਨਾਂ 'ਤੇ ਕੀਤਾ ਜਾਂਦਾ ਵੀ ਇਹ ਜਿਹੜਾ ਸਿੱਖਾਂ ਦੇ ਖਿਲਾਫ ਜਹਾਦ ਜਿਹੜਾ ਉਹ ਕੀਤਾ ਜਾਏਗਾ। ਉਹ ਇਸ ਨਾਅਰੇ ਹੇਠਾਂ ਉਸਨੇ 18,000 ਬੰਦੇ ਜਿਹੜੇ ਅਫਗਾਨਿਸਤਾਨ 'ਚੋਂ ਇਕੱਠੇ ਕਰ ਲਏ। ਬਲੋਚਿਸਤਾਨ ਜਿਹੜਾ ਉਸ ਵੇਲੇ ਤਾਂ ਆਜ਼ਾਦ ਸੀਗਾ, ਹੁਣ ਪਾਕਿਸਤਾਨ ਦਾ ਹਿੱਸਾ ਹੈ, ਬਲੋਚਿਸਤਾਨ ਦੇ 'ਚ ਬਲੋਚ ਜਿਹੜੇ ਸਨ ਉਹ ਵੀ ਇਹਦੇ ਬਹਿਕਾਵੇ 'ਚ ਆ ਗਏ, ਉਹਦੇ ਲਾਲਚ 'ਚ ਆ ਗਏ, ਅਤੇ ਉਹਨਾਂ ਨੇ ਵੀ ਜਿਹੜਾ 12,000 ਬੰਦਾ ਜਿਹੜਾ ਬਲੋਚੀ ਫੌਜ ਵੀ ਜਿਹੜੀ ਇਕੱਠੀ ਹੋਈ, ਅਤੇ 1764 'ਚ ਇਹ ਪੰਜਾਬ ਵੱਲ ਚੱਲ ਪਏ। ਏਮਨਾਬਾਦ ਕੋਲ ਦੋਨੇ ਫੌਜਾਂ ਇਕੱਠੀਆਂ ਹੋ ਗਈਆਂ, ਜਿਹੜੀ ਅਫਗਾਨਿਸਤਾਨ ਅਤੇ ਬਲੋਚਿਸਤਾਨ ਤੋਂ ਆ ਰਿਹਾ ਸੀ। ਅਤੇ ਪੰਜਾਬ 'ਚ ਉਸ ਵੇਲੇ ਸਿੱਖ ਫੌਜਾਂ ਮੌਜੂਦ ਨਹੀਂ ਸਨ। ਜੱਸਾ ਸਿੰਘ ਆਹਲੂਵਾਲੀਆ 15,000 ਫੌਜ ਲੈ ਕੇ ਭਰਤਪੁਰ, ਜਿਹੜਾ ਦਿੱਲੀ ਦੇ ਨਾਲ ਹੈ, ਉਹਦੇ ਜਾਟ ਰਾਜੇ ਜਵਾਹਰ ਸਿੰਘ ਦੀ ਮਦਦ ਵਾਸਤੇ ਗਿਆ ਸੀਗਾ। ਚੜ੍ਹਤ ਸਿੰਘ ਸਿਆਲਕੋਟ ਵੀ ਜ਼ਰੂਰ ਹਾਜ਼ਰ ਸੀਗਾ, ਅਤੇ ਜਦੋਂ ਚੜ੍ਹਤ ਸਿੰਘ ਨੂੰ ਅਹਿਮਦ ਸ਼ਾਹ ਦੁਰਾਨੀ ਦਾ ਪਤਾ ਲੱਗਾ ਤਾਂ ਉਹ ਉਸਨੂੰ ਅਹਿਮਦ ਸ਼ਾਹ ਦੇ ਆਉਣ ਦਾ ਮਤਲਬ ਉਸ ਦੇ ਨਾਲ ਦੁਹਾਤ ਕਰਨ ਵਾਸਤੇ ਜਿਹੜਾ ਹੈ ਉਹ ਘੇਰਨ ਵਾਸਤੇ ਲਾਹੌਰ ਵੱਲ ਨੂੰ ਚੱਲ ਪਿਆ, ਵੀ ਇਹਨੇ ਸਿਆਲਕੋਟ ਨਹੀਂ ਲਾਹੌਰ ਸਿੱਧਾ ਆਉਣਾ। ਇਹ ਗੱਲ 27 ਨਵੰਬਰ 1764 ਦੀ ਹੈ। ਇਸ ਦੌਰਾਨ ਚੜ੍ਹਤ ਸਿੰਘ ਨੂੰ ਅਹਿਮਦ ਸ਼ਾਹ ਦੀਆਂ ਫੌਜਾਂ ਜੋ ਕਿ ਸੂਹ ਮਿਲ ਗਈ ਸੀ, ਅਤੇ ਉਸਨੇ ਅਚਾਨਕ ਉਹਨਾਂ 'ਤੇ ਹਮਲਾ ਕਰ ਦਿੱਤਾ, ਵੀ ਕਿੱਥੇ ਫੌਜਾਂ ਰਾਹ 'ਚ ਆਈਆਂ ਹੋਈਆਂ ਨੇ, ਉਹਨਾਂ 'ਤੇ ਹਮਲਾ ਕਰ ਦਿੱਤਾ, ਜਿਹਦੇ ਨਾਲ ਅਹਿਮਦ ਖਾਨ ਬਰੀਦੀ ਅਤੇ ਉਹਦਾ ਪੁੱਤਰ, ਅਹਿਮਦ ਸ਼ਾਹ ਦਾ ਬੜਾ ਵੱਡਾ ਜਰਨੈਲ ਸੀਗਾ ਅਹਿਮਦ ਸ਼ਾਹ ਬਰੀਦੀ, ਅਤੇ ਉਸਦਾ ਪੁੱਤਰ ਮਾਰੇ ਗਏ। ਬਲੋਚ ਆਗੂ ਜਿਹੜਾ ਨਾਸਰ ਖਾਨ ਸੀਗਾ, ਜਿਹੜਾ 12,000 ਫੌਜ ਲੈ ਕੇ ਆਇਆ ਸੀ ਜਹਾਦ ਦੇ ਨਾਂ 'ਤੇ, ਉਹਦਾ ਘੋੜਾ ਵੀ ਮਾਰਿਆ ਗਿਆ ਔਰ ਉਹ ਆਪ ਜ਼ਖਮੀ ਹੋ ਗਿਆ। ਪਰ ਇਸ ਮਗਰੋਂ ਬੰਦੂਕਾਂ, ਤੀਰਾਂ ਅਤੇ ਤਲਵਾਰਾਂ ਨਾਲ ਬੜੀ ਜੰਗ ਹੋਈ, ਪਰ ਸਿੱਖ ਜਿਹੜੇ ਨੇ ਆਪਣਾ ਐਕਸ਼ਨ ਕਰਕੇ ਇੱਥੇ ਚਲੇ ਗਏ। ਜ਼ਿਆਦਾ ਨੁਕਸਾਨ ਜਿਹੜਾ ਉਹ ਅਹਿਮਦ ਸ਼ਾਹ ਦੁਰਾਨੀ ਦਾ ਹੋਇਆ, ਜਿਸ ਤੋਂ ਅਹਿਮਦ ਸ਼ਾਹ ਦੁਰਾਨੀ ਡਰ ਗਿਆ। ਸਾਡੇ ਕੋਲ ਅਗਲੀ 27 ਨਵੰਬਰ ਦੀ ਘਟਨਾ 1938 ਦੀ ਹੈ। ਇਹ ਵੀ ਸਿੱਖ ਤਾਰੀਖ 'ਚ ਬੜੀ ਅਹਿਮ ਥਾਂ ਰੱਖਦੀ ਹੈ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਆਪਣੀ ਸਰਬਿੰਦ ਸਾਰੇ ਜਿੱਥੇ ਸੀ ਉਹਨਾਂ ਦੀ ਕਾਨਫਰੰਸ ਕਰਿਆ ਕਰਦਾ ਸੀਗਾ। ਤੋ 1938 ਵਿੱਚ ਇਹਨਾਂ ਦੀ ਕਾਨਫਰੰਸ ਜਿਹੜੀ ਹੈ 26 ਅਤੇ 27 ਨਵੰਬਰ ਨੂੰ ਰਾਵਲਪਿੰਡੀ ਵਿੱਚ ਹੋਈ ਹੈ। ਰਾਵਲਪਿੰਡੀ ਵਿੱਚ ਹੋਈ ਕਾਨਫਰੰਸ ਦੇ ਵਿੱਚ ਬੰਗਾਲ ਤੋਂ ਸੁਭਾਸ਼ ਚੰਦਰ ਬੋਸ, ਜਿਸ ਦਾ ਤੁਸੀਂ ਸਾਰੇ ਜਣੇ ਨਾਂ ਜਾਣਦੇ ਹੋ, ਉਦੋਂ ਕਾਂਗਰਸ ਦਾ ਪ੍ਰਧਾਨ ਵੀ ਕਰੀ ਬਣ ਚੁੱਕਾ ਸੀਗਾ। ਤੋ ਸੁਭਾਸ਼ ਚੰਦਰ ਬੋਸ ਨੂੰ ਇਹਨਾਂ ਨੇ ਉਸ ਦੇ ਵਿੱਚ ਸਪੈਸ਼ਲ ਚੀਫ ਗੈਸਟ ਦੇ ਤੌਰ 'ਤੇ ਸੱਦਿਆ। ਇਹਦੇ 'ਚ ਤਕਰੀਬਨ 50,000 ਲੋਕ, ਰਾਵਲਪਿੰਡੀ ਛੋਟਾ ਇਲਾਕਾ ਸੀ ਉਸ ਵੇਲੇ, ਅੱਜ ਕੱਲ੍ਹ ਤਾਂ ਬਹੁਤ ਵੱਡਾ ਹੈ, ਅੱਜ ਕੱਲ੍ਹ ਤਾਂ 1 ਕਰੋੜ ਆਬਾਦੀ ਹੋਏਗੀ ਇਸ ਦੇ ਆਲੇ ਦੁਆਲੇ। ਅਤੇ ਉਸ ਵੇਲੇ ਉਸ ਵੇਲੇ 50,000 ਬੰਦੇ ਇਕੱਠੇ ਹੋਏ, ਜਿਹੜੇ ਕਿ ਬਹੁਤ ਜ਼ਿਆਦਾ ਹੁੰਦੇ ਸਨ। ਤੋ ਇਹਦੇ 'ਚ ਬਹੁਤ ਸਾਰੇ ਮਤੇ ਪਾਸ ਕੀਤੇ ਗਏ। ਤੋ ਇਹਦਾ ਨਤੀਜਾ ਇਹ ਹੋਇਆ ਕਿ ਇਸ ਤੋਂ ਬਾਅਦ ਜਿਹੜੀ ਸੀ ਉਹਦੀ ਇਲੈਕਸ਼ਨ ਜਦੋਂ ਹੋਈ ਪੰਜਾਬ ਕਾਂਗਰਸ ਦੀ, ਉਹਦੇ 'ਚ ਜਿਹੜਾ ਅਕਾਲੀ ਦਲ ਦੀ ਹਮਾਇਤ ਦੇ ਨਾਲ ਡਾਕਟਰ ਸੈਫੂਦੀਨ ਕਿਚਲੂ ਜਿਹੜਾ ਉਸ ਨੂੰ ਪ੍ਰਧਾਨ ਚੁਣਿਆ ਗਿਆ। ਅਤੇ ਇੱਦਾਂ ਹੀ ਜਦੋਂ ਫਿਰ ਸੁਭਾਸ਼ ਚੰਦਰ ਬੋਸ ਦੀ ਆਪਣੀ ਇਲੈਕਸ਼ਨ ਹੋਈ ਹੈ, ਇਹ ਸੁਭਾਸ਼ ਚੰਦਰ ਬੋਸ ਦੇ ਵਾਸਤੇ ਅਕਾਲੀ ਦਲ ਨੇ ਜਾਂ ਸਿੱਖਾਂ ਨੇ ਜਿਹੜੇ ਆਪਣੇ ਡੈਲੀਗੇਟਾਂ ਨੇ ਵੋਟਾਂ ਪਾਈਆਂ, ਅਤੇ ਇਹਨੇ ਪੱਟਾ ਵੀ ਸੀਤਾ ਰਮਈਆ ਜਿਹੜਾ ਗਾਂਧੀ ਦਾ, ਨਹਿਰੂ ਦਾ ਕੈਂਡੀਡੇਟ ਸੀਗਾ, ਉਸ ਦੀਆਂ 1286 ਦੇ ਮੁਕਾਬਲੇ 'ਤੇ 1495 ਵੋਟਾਂ ਲਈਆਂ, ਅਤੇ ਇਹ ਜਿੱਤ ਗਿਆ, ਕਾਂਗਰਸ ਦਾ ਪ੍ਰਧਾਨ ਬਣ ਗਿਆ, ਜਿਹਦੇ ਕਰਕੇ ਸਾਰੇ ਦੁਖੀ ਹੋ ਕੇ ਤਾਂ ਇਹਨਾਂ ਅਸਤੀਫਾ ਦੇ ਦਿੱਤੇ ਸਨ। ਸੋ ਗੱਲ ਕਰ ਰਹੇ ਸਾਂ ਸੁਭਾਸ਼ ਚੰਦਰ ਬੋਸ ਦੀ, ਇਹ ਜਿਹੜਾ 27 ਨਵੰਬਰ 1938 ਦੇ ਦਿਨ ਰਾਵਲਪਿੰਡੀ ਵਿੱਚ ਇਸਨੇ ਆ ਕੇ ਚੀਫ ਗੈਸਟ ਦੇ ਤੌਰ 'ਤੇ ਅਕਾਲੀ ਕਾਨਫਰੰਸ 'ਚ ਸ਼ਮੂਲੀਅਤ ਕੀਤੀ। ਫਿਰ ਸਾਡੇ ਕੋਲ 27 ਨਵੰਬਰ ਦੀ ਘਟਨਾ 1984 ਦੀ ਹੈ।
1984 ਦੀ 27 ਨਵੰਬਰ ਨੂੰ ਸਿਮਰਜੀਤ ਸਿੰਘ ਮਾਨ ਜਿਹੜਾ ਅਕਾਲੀ ਦਲ ਦਾ ਪ੍ਰਧਾਨ ਹੈ ਅੱਜ ਕੱਲ੍ਹ ਅਕਾਲੀ ਦਲ ਅੰਮ੍ਰਿਤਸਰ ਦਾ ਔਰ ਉਸ ਵੇਲੇ ਬੜੇ ਵੱਡੇ ਅਹੁਦੇ 'ਤੇ ਸੀ ਸ਼ਾਇਦ ਆਈ ਜੀ ਦੇ ਅਹੁਦੇ 'ਤੇ ਸੀਗਾ ਅਤੇ ਜਿਸਨੇ ਕਿ ਦਰਬਾਰ ਸਾਹਿਬ ਦੇ ਹਮਲੇ ਤੋਂ ਉਸ ਤੋਂ ਬਾਅਦ ਇੱਕ ਖਤ ਲਿਖ ਕੇ ਜੋ ਰਾਸ਼ਟਰਪਤੀ ਜ਼ੈਲ ਸਿੰਘ ਨੂੰ ਅਤੇ ਅਸਤੀਫਾ ਦਿੱਤਾ ਸੀਗਾ ਔਰ ਉਹ ਜਿਹੜਾ ਸੀ ਹੁਣ ਕਿਉਂਕਿ ਰੂਪੋਸ਼ ਹੋ ਰਿਹਾ ਸੀਗਾ ਅਤੇ ਰੂਪੋਸ਼ ਰਹਿ ਰਿਹਾ ਸੀਗਾ ਉਸਨੇ ਕੋਸ਼ਿਸ਼ ਕੀਤੀ ਕਿ ਇੰਡੀਆ 'ਚੋਂ ਨਿਕਲ ਲਿਆ ਜਾਏ ਅਤੇ ਉਸਨੇ ਨੇਪਾਲ ਜਾਣ ਦੀ ਕੋਸ਼ਿਸ਼ ਕੀਤੀ ਅਤੇ ਉਹਦੇ ਨਾਲ ਇੱਕ ਇਹ ਮੈਂ ਖਿਆਲ ਦੱਸਦਿਆਂ ਕਿ ਇਸ ਹਮਲੇ ਦੇ ਖਿਲਾਫ ਦਰਬਾਰ ਸਾਹਿਬ ਅਤੇ ਚਾਰ ਜੂਨ ਦੇ ਹਮਲੇ ਦੇ ਖਿਲਾਫ ਖੁਸ਼ਵੰਤ ਸਿੰਘ ਡਾਕਟਰ ਗੰਡਾ ਸਿੰਘ ਭਗਤ ਪੂਰਨ ਸਿੰਘ ਸਾਧੂ ਸਿੰਘ ਹਮਦਰਦ ਨੇ ਪਦਮ ਸ਼੍ਰੀ ਦੇ ਖਿਤਾਬ ਵਾਪਸ ਕੀਤੇ ਸੀ ਅਮਰਿੰਦਰ ਸਿੰਘ ਨੇ ਕਾਂਗਰਸ ਦਾ ਉਸਨੇ ਐਮ ਪੀ ਸੀਗਾ ਇਹਨੇ ਕਾਂਗਰਸ ਪਾਰਟੀ ਵੀ ਛੱਡੀ ਸੀ ਅਤੇ ਲੋਕ ਸਭਾ ਤੋਂ ਅਸਤੀਫਾ ਵੀ ਦਿੱਤਾ ਸੀਗਾ ਸਿਮਰਨਜੀਤ ਸਿੰਘ ਮਾਨ ਡੀ ਆਈ ਜੀ ਦੇ ਅਹੁਦੇ 'ਤੇ ਸੀਗਾ ਅਤੇ ਇਸਨੇ ਅਸਤੀਫਾ ਦਿੱਤਾ ਸੀਗਾ ਸੋ ਅਜਿਹੇ ਰੋਸ ਹੋਰ ਵੀ ਕਈ ਲੋਕਾਂ ਨੇ ਕੀਤੇ ਸੀ ਖੈਰ ਇਸ ਮਾਹੌਲ ਵਿੱਚ ਇਹ ਕਿਉਂਕਿ ਗ੍ਰਿਫਤਾਰ ਹੋਣ ਦਾ ਪੱਕਾ ਸਕੋਪ ਸੀਗਾ ਵੀ ਉੱਥੇ ਕੋਈ ਨਾ ਕੋਈ ਮੁਕੱਦਮਾ ਬਣਾ ਦਿੱਤਾ ਜਾਏਗਾ ਉਸਨੇ ਨੇਪਾਲ ਜਾਣ ਦੀ ਕੋਸ਼ਿਸ਼ ਕੀਤੀ ਨੇਪਾਲ ਜਾਣ ਦੇ ਕੋਸ਼ਿਸ਼ ਵਿੱਚ ਉਹ ਆਪਣੇ ਚਾਰ ਸਾਥੀਆਂ ਨਾਲ ਜਿਹੜਾ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਮਗਰੋਂ 5 ਸਾਲ ਬਾਅਦ ਜਦੋਂ ਚੋਣਾਂ 'ਚੋਂ ਜਿੱਤਿਆ ਤਰਨ ਤਾਰਨ ਤੋਂ ਉਸਨੂੰ ਜਿਹੜਾ ਰਿਹਾਅ ਕੀਤਾ ਗਿਆ ਸੋ 27 ਨਵੰਬਰ 1984 ਦਿਨ ਸਿਮਰਨਜੀਤ ਸਿੰਘ ਮਾਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ 1985 'ਚ ਜਿਸ ਤਰ੍ਹਾਂ ਅਸੀਂ ਜਾਣਦੇ ਹਾਂ ਵੀ ਕਿਰਪਾਲ ਸਿੰਘ ਜਿਹੜਾ ਅਕਾਲ ਤਖਤ ਦਾ ਪੁਜਾਰੀ ਸੀਗਾ ਅਤੇ ਸਾਹਿਬ ਸਿੰਘ ਦਰਬਾਰ ਸਾਹਿਬ ਦਾ ਹੈੱਡ ਗ੍ਰੰਥੀ ਸੀਗਾ ਇਹਨਾਂ ਨੇ ਇੰਦਰਾ ਗਾਂਧੀ ਦੇ ਨਾਲ ਪੂਰਾ ਮਿਲਵਰਤਨ ਕੀਤਾ ਸੀ ਅਤੇ ਉਹਨਾਂ ਦੀ ਮਿਲਵਰਤਨ ਦੇ ਨਾਲ ਹੀ ਅਕਾਲ ਤਖਤ ਦੀ ਜਿਹੜੀ ਇਮਾਰਤ ਬਣਾ ਰਹੇ ਸਨ ਅਕਾਲ ਬੁੰਗੇ ਦੀ ਤੋ ਇਹਨਾਂ ਦੇ ਖਿਲਾਫ ਸਿੱਖਾਂ 'ਚ ਬੜਾ ਰੋਸ ਸੀਗਾ ਅਤੇ ਨੌਜਵਾਨਾਂ ਵਿੱਚੋਂ ਇੱਕ ਗਰੁੱਪ ਨੇ 27 ਨਵੰਬਰ 1985 ਦੇ ਦਿਨ ਇਹਨਾਂ ਨੂੰ ਸਾਹਿਬ ਸਿੰਘ ਦੇ ਉੱਤੇ ਗ੍ਰੰਥੀ ਦੇ ਉੱਤੇ ਹੈੱਡ ਗ੍ਰੰਥੀ ਉੱਤੇ ਹਮਲਾ ਕੀਤਾ ਔਰ ਉਹ ਸਰਕਾਰ ਦੇ ਵੱਲੋਂ ਚੰਗੀ ਡਾਕਟਰੀ ਮਦਦ ਮਿਲਣ ਕਰਕੇ ਬਚ ਗਿਆ ਪਰ ਇਸ ਕੇਸ 'ਚ 12 ਸਿੱਖਾਂ ਨੂੰ ਗ੍ਰਿਫਤਾਰ ਕੀਤਾ ਗਿਆ 27 ਨਵੰਬਰ 1987 ਦੀ ਸਾਡੇ ਕੋਲ ਘਟਨਾ ਹੈ ਕਿ ਪੰਜਾਬ ਪੁਲਿਸ ਨੇ ਬਲਬੀਰ ਸਿੰਘ ਬਿਰਲਾ ਚੱਕ ਮਾਨ ਕਿਰਾਏ ਨੂੰ ਇੱਕ ਨਕਲੀ ਮੁਕਾਬਲੇ 'ਚ ਮਾਰ ਦਿੱਤਾ 1991 ਦੀ 27 ਨਵੰਬਰ ਦੀ ਘਟਨਾ ਹੈ ਕਿ ਪੁਲਿਸ ਨੇ ਗੁਰਮੁਖ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਮਾਨਕਪੁਰ ਕਲਾਂ ਜ਼ਿਲ੍ਹਾ ਲੁਧਿਆਣਾ ਨੂੰ ਇੱਕ ਨਕਲੀ ਮੁਕਾਬਲੇ 'ਚ ਮਾਰ ਦਿੱਤਾ 1992 ਦੀ ਸਾਡੇ ਕੋਲ ਘਟਨਾ ਹੈ ਕਿ ਇਸ ਦਿਨ ਪੁਲਿਸ ਨੇ 27 ਨਵੰਬਰ 1992 ਦੇ ਦਿਨ ਪੁਲਿਸ ਨੇ ਵਰਿਆਮ ਸਿੰਘ ਬਾਬਾ ਉਰਫ ਬਲਜਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਸਰਹਾਰੀ ਜ਼ਿਲ੍ਹਾ ਤਰਨ ਤਾਰਨ ਨੂੰ 400 ਕਤਲਾਂ ਦਾ ਜ਼ਿੰਮੇਦਾਰ ਕਹਿ ਕੇ ਅਤੇ ਫੜ ਕੇ ਨਕਲੀ ਮੁਕਾਬਲੇ 'ਚ ਮਾਰਤਾ ਉਸਦੇ ਸਿਰ 'ਤੇ ਕਈ ਲੱਖ ਰੁਪਏ ਦਾ ਇਨਾਮ ਸੀ ਜਿਹੜਾ ਪੁਲਿਸ ਵਾਲਿਆਂ ਨੇ ਆਪਸ 'ਚ ਵੰਡ ਲਿਆ ਇਸੇ ਦਿਨ ਹੀ ਬਲਜੀਤ ਸਿੰਘ ਪੁੱਤਰ ਰਾਮ ਸਿੰਘ ਵਾਸੀ ਬਜ਼ੁਰਗਵਾਲ ਜ਼ਿਲ੍ਹਾ ਅੰਮ੍ਰਿਤਸਰ ਓਂਕਾਰ ਸਿੰਘ ਅਤੇ ਅਮਰੀਕ ਸਿੰਘ ਵਾਸੀ ਡਰੋਡੀ ਕਲਾਂ ਜ਼ਿਲ੍ਹਾ ਜਲੰਧਰ ਨੂੰ ਵੀ ਪੁਲਿਸ ਨੇ ਨਕਲੀ ਮੁਕਾਬਲੇ 'ਚ ਮਾਰ ਦਿੱਤਾ ਫਿਰ 27 ਨਵੰਬਰ 1992 ਦੀ ਘਟਨਾ ਕਿ ਇੱਕ ਖਾੜਕੂ ਜਿਹੜਾ ਬਲਵਿੰਦਰ ਸਿੰਘ ਵਿੰਦਰਾ ਉਹ ਪੁਲਿਸ ਦੇ ਘੇਰੇ 'ਚ ਆ ਰਿਹਾ ਜਦੋਂ ਉਹਨੇ ਦੇਖਿਆ ਕਿ ਪੁਲਿਸ 'ਚੋਂ ਬਚ ਨਹੀਂ ਸਕੇਗਾ ਅਤੇ ਉਹਦੇ ਕੋਲ ਜਿਹੜਾ ਸਾਈਨਾਈਡ ਦਾ ਕੈਪਸੂਲ ਸੀਗਾ ਉਸਨੇ ਖਾ ਕੇ ਜਿਹੜਾ ਆਪਣੀ ਜਾਨ ਦੇ ਦਿੱਤੀ ਇਸ ਤਰ੍ਹਾਂ ਫਿਰ ਸਾਡੇ ਕੋਲ 2013 ਦੀ ਘਟਨਾ ਹੈ ਜਦੋਂ ਗੁਰਬਖਸ਼ ਸਿੰਘ ਨੇ ਜਿਹੜੇ ਕੈਦੀ ਉਮਰ ਕੈਦੀ ਸਨ ਸਿੱਖ ਉਮਰ ਕੈਦੀ ਉਹਨਾਂ ਦੀ ਰਿਹਾਈ ਵਾਸਤੇ ਮਰਨ ਵਰਤ ਰੱਖਿਆ ਹੋਇਆ ਸੀਗਾ ਅੰਬ ਸਾਹਿਬ ਮੋਹਾਲੀ ਵਿੱਚ ਤੋ ਸਿਮਰਜੀਤ ਸਿੰਘ ਮਾਨ ਨੇ ਉਸ ਦੀ ਹਿਮਾਇਤ ਦਾ ਐਲਾਨ ਕਰਤਾ ਸੋ ਇਹ ਸਨ ਘਟਨਾਵਾਂ 27 ਨਵੰਬਰ ਦੀਆਂ ਜਿਹੜਾ ਸਿੱਖ ਤਾਰੀਖ 'ਚ ਦਰਜ ਨੇ ਸ਼ੁਕਰੀਆ